தன் குருநானக் சத்நாம 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 ஜீ 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 வாஹே குரு வாஹே குரு ஜீ சத்நாம 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 ஜீ வாஹே குரு வாஹே குரு வாஹே குரு ஜீ சத்நாம 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 ஜீ வாஹே குரு வாஹே குரு ஜீ சத்நாம 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 ஜீ வாஹே குரு வாஹே குரு வாஹே குரு ஜீ சத்நாம சத் சத்நாம சத்நாம ஜீ வாஹே குரு வாஹே குரு ஜீ சத்நாம 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 ஜீ வாஹே குரு வாஹே குரு வாஹே சாரி ஜபோ சத்நாம 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 ஜீ வாஹே குரு வாஹே சாரி சகத் வாஹே குரு ஜீ சத்நாம 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 ஜீ சத்நாம சத்நாம ஜீ வாஹே குரு வாஹே குரு ஜீ சத்நாம 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 ஜீ குரு வாஹே குரு வாஹே குரு ஜீ ஏ நாம ஜபன் தே நாள் ठंड पैंदी नाम जपण दे नाल दुख दूर होंदे आपा जिहड़े इत्थे नी कोई संगत नाम जप रहे हां ए अरबा खरबा नाम जप रहे ने अपने नाल अरबा खरबा क्योंकि हर गल सिद्ध करनी चाहिए सिद्ध करनी चाहिए भी वाकई सिद्ध जेड़े दरख्तां थले बह के
ਗੁਰੂਆਂ ਨੇ ਨਾਮ ਜਪਿਆ, ਉਸ ਦਰਖਤ ਦੇ ਪੱਤੇ ਪੱਤੇ ਨੇ ਵੀ ਨਾਮ ਜਪਿਆ। ਸਿੱਧੇ ਨਾਲ ਉਸੇ ਉੱਥੇ ਮੁਰਾਦਾਂ ਪੂਰੀਆਂ ਹੋਣ ਲੱਗੀਆਂ, ਚਾਹੇ ਉਹ ਟਾਹਲੀ ਸੀ, ਚਾਹੇ ਉਹ ਕਿੱਕਰ ਸੀ, ਚਾਹੇ ਉਹ ਨਿੰਮ ਸੀ, ਚਾਹੇ ਉਹ ਵਣ ਸੀ। ਉਸ ਦਰਖਤ ਥੱਲੇ ਮੁਰਾਦਾਂ ਪੂਰੀਆਂ ਤਾਂ ਹੁੰਦੀਆਂ ਏ ਕਿ ਉਸ ਦਰਖਤ ਦੇ ਪੱਤੇ ਪੱਤੇ ਨੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਅਤੇ ਨਾਮ ਜਪੇ। ਹੁਣ ਦੂਜੇ ਪਾਸੇ ਕਹਿ ਦਿਓਗੇ ਵੀ ਇਹਦਾ ਗੱਲ ਹੀ ਕੀਤੀ, ਜਿਹੜੇ ਦਰਖਤ ਥੱਲੇ ਪਾਪੀਆਂ ਨੇ ਪਾਪ ਕੀਤੇ ਨਾ, ਉਹ ਦਰਖਤ ਡਰਾਉਂਦੇ ਆ, ਉੱਥੇ ਭੂਤ ਪ੍ਰੇਤ ਹੁੰਦੇ ਆ। ਉਸ ਦਰਖਤ ਦਾ ਪੱਤਾ ਪੱਤਾ ਪਾਪ ਕਰਦਾ, ਫਿਰ ਉੱਥੋਂ ਲੰਘਣ ਵਾਲਿਆਂ ਨੂੰ ਭੂਤ ਚੰਬੜਦੇ ਆ। ਕਈ ਕਈ ਦਰਖਤ ਬਹੁਤ ਭਾਰੇ ਹੁੰਦੇ ਆ, ਉੱਥੇ ਪਾਪੀਆਂ ਨੇ ਪਾਪ ਕੀਤਾ। ਉਹ ਦਰਖਤ ਦੇ ਦਰਖਤ ਤਾਂ ਇਹੋ ਜਿਹੀ ਚੀਜ਼ ਹੈ ਜਿਵੇਂ ਪਾਣੀ 'ਚ ਰੰਗ ਪਾ ਦਿਓ, ਪਾਣੀ ਰੰਗ ਫੜ ਲੈਂਦਾ ਹੈ, ਇਹ ਬੜਾ ਸਪੱਤ ਦੇ ਵਿੱਚ ਜੋ ਤੁਸੀਂ ਕਰੋਗੇ ਇਹ ਰੰਗ ਫੜ ਲੈਂਦਾ। ਦਾਣਾ ਦਾਣਾ ਪਾਪੀ ਹੋ ਜਾਂਦਾ ਜਿਹੜਾ ਤਾਂ ਨਾਮ ਜਪਦਿਆਂ ਕਮਾਈਏ, ਉਹ ਦਾਣਾ ਦਾਣਾ ਜਿਹੜਾ ਮੁੱਖ 'ਚ ਜਾਂਦੇ ਹੀ ਰੱਬ ਚੇਤੇ ਆਉਂਦਾ, ਅਤੇ ਜਿਹੜਾ ਪਾਪ ਕਰਦਿਆਂ ਕਮਾਈਏ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਵੀ ਭੂਮੀਆਂ ਅਚੋਰੀ ਵਾਲਾ ਨੇ, ਅਚੋਰੀ ਵਾਲੇ ਅਨਾਜ ਦੀ ਸਾਨੂੰ ਨਾ ਰੋਟੀ ਦੇਵੇ। ਇਹ ਅਨਾਜ ਪਾਪੀ ਏ, ਇਹ ਦਾਣਾ ਦਾਣਾ ਪਾਪੀ ਏ, ਸਾਡੇ ਅੰਦਰ ਚਲਾ ਗਿਆ, ਸਾਡੀ ਲਿਵ ਟੁੱਟ ਜਾਏਗੀ। ਪਾਪੀ ਦੇ ਘਰ ਦਾ ਅੰਨ ਦਾ ਦਾਣਾ ਦਾਣਾ ਪਾਪੀ ਹੋ ਜਾਂਦਾ, ਪਾਪੀ ਦੇ ਪੁੱਤਰ ਪਾਪੀ ਹੋ ਜਾਂਦੇ ਆ, ਪਾਪੀ ਦੀ ਪਤਨੀ ਪਾਪੀ ਹੋ ਜਾਂਦੀ ਹੈ, ਪਾਪੀ ਦਾ ਗ੍ਰਹਿ ਪਾਪੀ ਹੋ ਜਾਂਦਾ। ਮਹਾਂਪੁਰਸ਼ ਦਾ ਨਾਮ ਜਪਣ ਵਾਲੇ ਦਾ ਗ੍ਰਹਿ ਵਾਹਿਗੁਰੂ ਨਿਵਾਸ ਬਣ ਜਾਂਦਾ ਹੈ, ਮਹਾਂਪੁਰਖ ਦਾ ਸਰੀਰ ਦਾ ਰੋਮ ਰੋਮ ਜਪਦਾ ਹੈ। ਅਰਬਾਂ ਖਰਬਾਂ ਤਾਂ ਜਪ ਰਹੇ ਹਾਂ ਕਿ 7 ਕਰੋੜ ਸਰੀਰ ਦਾ ਰੋਮ ਇਹ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਖਿੜ ਜਾਂਦੇ ਰੋਮ। ਜਦੋਂ ਗੁਰਮੁਖ ਲਿਵ ਲਾ ਕੇ ਬਹਿੰਦੇ ਆ ਨਾ, ਉਦੋਂ ਰੋਮ ਖਿੜ ਜਾਂਦੇ ਆ, ਬਈ ਇਹਦੇ ਰੋਂਗਟੇ ਖੜੇ ਹੋ ਗਏ। ਕੁੱਤਾ ਹੋਵੇ, ਗਾਂ ਮੱਝ ਹੋਵੇ, ਬਿੱਲੀ ਹੋਵੇ, ਪੰਛੀਆਂ ਦੇ ਖੰਭ ਖਿਲਰ ਜਾਂਦੇ ਡਰ 'ਚ, ਖੁਸ਼ੀ ਵਿੱਚ ਖੰਭ ਫੜਾਉਂਦੇ। ਮੋਰ ਕਿੱਡੀ ਵੱਡੀ ਛਤਰੀ ਬਣਾ ਦਿੰਦਾ, ਜਦੋਂ ਪੈਰ ਪਾਉਂਦਾ ਖੁਸ਼ ਹੁੰਦਾ। ਉਹਦੇ ਖੰਭ ਜਿਹੜੇ ਨੇ ਉਹ ਫਿਰ ਚਮਕਾਂ ਮਾਰਦੇ ਆ, ਖੰਭ ਖਿੜਦੇ ਆ, ਮੋਰ ਪੈਰ ਪਾਉਂਦਾ। ਇਹ ਸਾਡੇ ਸਰੀਰ ਦੇ ਨਾਲ ਜੁੜੇ ਹੋਏ ਨੇ, ਪਤਾ ਨਹੀਂ ਕਿੰਨੇ ਕਿੰਨੇ ਜੀਵ ਸਾਡੇ ਅੰਦਰ ਨੇ, ਪਤਾ ਹੀ ਨਹੀਂ। ਖੂਨ ਦਾ ਇੱਕ ਇੱਕ ਸੈੱਲ ਜੇ ਜਾਣ ਵਾਲਾ ਹੋਏਗਾ ਤੇ ਠੀਕ, ਜੇ ਮਰਿਆ ਹੋਏਗਾ ਤੇ ਉਹ ਸੈੱਲ ਹੀ ਨਹੀਂ ਕੰਮ ਕਰਦਾ। ਜੇ ਬੰਦੇ ਦੇ ਸੈੱਲ ਮਰੇ ਹੋਣ, ਸੰਤਾਨ ਹੀ ਨਹੀਂ ਪੈਦਾ ਹੁੰਦੀ। ਜੇ ਸੈੱਲ ਜੀਦੇ ਹੋਣ ਤੇ ਸੰਤਾਨ ਪੈਦਾ ਹੁੰਦੀ ਏ। ਇਸ ਤਰ੍ਹਾਂ ਕਰਕੇ ਸਾਡੇ ਅੰਦਰ ਪਤਾ ਹੀ ਨਹੀਂ ਕਿੰਨੇ ਕੁ ਜੀ ਨੇ, ਕਿੰਨੇ ਕੁ ਜੀ। ਬੰਦੇ ਤੋਂ ਬੰਦਾ ਤਾਂ ਹੀ ਪੈਦਾ ਹੋ ਗਿਆ ਜੀ, ਇਹ ਜੀਵ ਨੇ। ਸਾਡੇ ਅੰਦਰ ਸੂਖਮ ਰੂਪ ਛੋਟੇ ਛੋਟੇ ਜੀ ਪਤਾ ਹੀ ਨਹੀਂ ਕਿੰਨੇ ਕੁ ਬੈਠੇ। ਜਦੋਂ ਅਸੀਂ ਜਪਦੇ ਹਾਂ ਨਾ, ਫਿਰ ਉਹ ਵੀ ਜਪਦੇ ਆ। ਆਖੋ ਸ੍ਰੀ ਧਰਤੀ ਨਾਮ ਜਪਦੀ ਏ, ਦਰਖਤ ਨਾਮ ਜਪਦੇ ਆ, ਪਾਣੀ ਨਾਮ ਜਪਦਾ ਹੈ। ਗੰਗਾ ਕਿਉਂ ਪਵਿੱਤਰ, ਕਿਉਂ ਹਰਿਮੰਦਰ ਸਾਹਿਬ ਦਾ ਪਾਣੀ ਕਿਉਂ ਪਵਿੱਤਰ, ਕਿਉਂ ਦੁੱਖ ਤੋੜਦਾ ਹੈ। ਸਮਝ ਵਿੱਚ ਲੈਣੀ ਗੱਲ, ਫੋਕਰੀਆਂ ਨਹੀਂ ਕਰਨੀਆਂ, ਅਸੀਂ ਉਹੀ ਗੱਲ ਕਰਨੀ ਜਿਹੜੀ ਗੱਲ ਸਹੀ ਹੈ।
ਜਿਹੜਾ ਪਾਣੀ ਹਰਿਮੰਦਰ ਸਾਹਿਬ ਜੀ ਕਿੱਥੋਂ ਆਇਆ, ਇਹ ਕੋਈ ਕਿਸੇ ਸੱਚਖੰਡ ਤੋਂ ਆਇਆ? ਇਹ ਰਾਵੀ ਦਰਿਆ ਚੋਂ ਮਹਾਂਪੁਰਖਾਂ ਨੇ ਹੰਸਲੀ ਬਣਾ ਕੇ ਨਾ ਤੇ ਸਰੋਵਰ ਚ ਪਾਇਆ। ਪਹਾੜਾਂ ਦਾ ਪਾਣੀ, ਬਰਸਾਤ ਦਾ ਪਾਣੀ, ਬਰਫ ਵਾਲਾ ਪਾਣੀ, ਇਹ ਪਾਣੀ ਹੰਸਲੀ ਬਣਾ ਕੇ ਮਹਾਂਪੁਰਖਾਂ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਚ ਪਾਇਆ ਹੈ। ਤੇ ਇੱਕ ਚੁੜੀ ਜਿਹੜੀ ਹੈ ਨਾ, 68 ਤੀਰਥਾਂ ਦਾ ਅੰਮ੍ਰਿਤ ਹੈ। ਜਦੋਂ ਆਪਾਂ ਹਰਿਮੰਦਰ ਸਾਹਿਬ ਦੇ ਇਹ ਚੜ੍ਹਦੇ ਪਾਸੇ ਲੈਂਦੇ ਹਰ ਕੀ ਪੌੜੀ, ਹਰ ਕੀ ਪੌੜੀ ਵਾਲਾ ਜਲ ਉੱਤੇ ਗੁਰੂ ਗ੍ਰੰਥ ਸਾਹਿਬ ਨੇ ਇੱਧਰ ਕੀਰਤਨ ਹੋ ਰਿਹਾ ਹੈ। ਚਾਰੇ ਪਾਸੇ ਸੰਗਤਾਂ ਦੀਆਂ ਦ੍ਰਿਸ਼ਟੀਆਂ ਪੈ ਰਹੀਆਂ ਨੇ, ਹੋਰ ਸਿੱਖਾਂ ਦੀਆਂ, ਗੁਰੂਆਂ ਦੀ ਰਹਿਮਤ ਵਰਸ ਰਹੀ ਹੈ। ਧਰਤੀ ਦੇ ਗੁਰੂ ਬੈਠੇ ਰਹੇ, ਪੁੰਨ ਕਰਦੇ ਰਹੇ ਨੇ, ਨਾਮ ਜਪਦੇ ਰਹੇ ਨੇ। ਇਹ ਹਰਿਮੰਦਰ ਸਾਹਿਬ ਦਾ ਪਾਣੀ ਜਿਹੜਾ ਹੈ ਨਾ, ਇਹ ਗੁਰੂ ਰਾਮਦਾਸ ਦੇ ਅੱਖਾਂ ਚੋਂ ਵਹਿ ਵਹਿ ਕੇ ਇਹ ਸਰੋਵਰ ਬਣਿਆ। ਬਹੁਤ ਵਿਰਾਗ ਕਰਦੇ ਸੀ, ਗੁਰੂ ਰਾਮਦਾਸ ਤੋਂ ਸੇਵਾ ਨਹੀਂ ਕੋਈ ਚਲਾਈ ਗਈ ਸੀ, ਐਡੇ ਵਿਰਾਗ ਵਿੱਚ ਤੇ ਅੱਖਾਂ ਚ ਆਂਸੂ ਵਗਦੇ ਰਹਿੰਦੇ ਸੀ। ਗੁਰੂ ਸਾਹਿਬ ਦਾ ਰੁਮਾਲ ਭਰ ਜਾਂਦਾ ਸੀ, ਗੁਰੂ ਰਾਮਦਾਸ ਦਾ ਨਿਚੋੜਨਾ ਪੈਂਦਾ ਸੀ, ਤੇ ਉਹਨਾਂ ਦੀ ਸਾਰੀ ਬਾਣੀ ਵਿਰਾਗ ਵਾਲੀ। ਹੁਣ ਗੁਰੂ ਅਰਜਨ ਦੇਵ ਜੀ ਪੈ ਵਾਲੇ ਸੀ, ਪ੍ਰਿਥਵੀਆ ਮਨ ਮਰਜ਼ੀ ਵਾਲਾ ਸੀ, ਗੁਰੂ ਰਾਮਦਾਸ ਕਿਸੇ ਨੂੰ ਕੁਝ ਕਹਿੰਦੇ ਨਹੀਂ ਸੀ, ਵਿਰਾਗੀ ਸੀ, ਤੇ ਵਿਰਾਗ ਉਹਨਾਂ ਨੂੰ ਕਾਹਦਾ ਸੀ। ਬਸ ਆਹ ਹੀ ਆਂਸੂ ਵਹਿੰਦੇ ਰਹਿੰਦੇ ਸੀ। ਜਦੋਂ ਚੇਤੇ ਆਉਂਦਾ ਸੀ ਨਾ ਕਿ ਮੈਂ ਘੁੰਗਣੀਆਂ ਵੇਚਦਾ ਸੀ, ਮੇਰੇ ਪਿਓ ਵੀ ਨਹੀਂ ਸੀ, ਮੇਰੀ ਮਾਂ ਵੀ ਨਹੀਂ ਸੀ, ਮੇਰਾ ਘਰ ਵੀ ਨਹੀਂ ਸੀ, ਤੇ ਮੇਰੇ ਤੇ ਐਡਾ ਇਹਸਾਨ ਕਰਕੇ ਗੁਰੂ ਅਮਰਦਾਸ ਮੇਰੇ ਮਾਂ ਪਿਓ ਬਣੇ, ਮੇਰਾ ਘਰ ਬਣਾਇਆ ਆਪਣੀ ਧੀ ਦੇ, ਘਰ ਬਣਾਇਆ ਇੱਥੋਂ ਤੱਕ ਕਿ ਪੁੱਤਰਾਂ ਨੂੰ ਛੱਡ ਕੇ ਮੈਨੂੰ ਗੱਦੀ ਦੇ ਗਏ। ਗੁਰਗੱਦੀ ਮੈਂ ਹੁਣ ਕਰਜ਼ਾ ਲਾਵਾਂ ਤੇ ਲਾਵਾਂ ਕਿਵੇਂ? ਜਦੋਂ ਉਹ ਇਹਸਾਨ ਮੰਨਣ ਵਾਲੇ ਸੀ, ਸਾਡੇ ਵਰਗੇ ਕਿਰਤ ਕਰਦੇ ਸੀ, ਅਸੀਂ ਤਾਂ ਕਿਰਤ ਕਰ ਬੜੀ ਛੇਤੀ ਪਰਪਕਾਰ ਭੁੱਲਦੇ ਹਾਂ, ਤੁਹਾਡੇ ਚੋਂ ਅੱਧੇ ਭੁੱਲ ਗਏ ਹੋਣਗੇ, ਆ ਪਾਕਾਂ ਵਾਲਿਆਂ ਚੋਂ ਅੱਧੇ ਪਰਪਕਾਰ ਭੁੱਲ ਗਏ ਹੋਣਗੇ ਵੀ ਸਾਡੇ ਤੇ ਇੱਥੇ ਨਾਮ ਜਪਿਆ ਗਿਆ, ਨਰਕ ਵਿੱਚੋਂ ਅਸੀਂ ਨਿਕਲੇ, ਅੱਧੇ ਭੁੱਲ ਗਏ ਹੋਣਗੇ, ਉਲਟੀਆਂ ਪੁੱਠੀਆਂ ਗੱਲਾਂ ਕਰਦੇ ਹਾਂ, ਅਕਿਰਤ ਕਾਣੇ ਮਿੰਟਾਂ 'ਚ ਅਸੀਂ ਬਦਲਦੇ ਹਾਂ, ਸਾਨੂੰ ਅਹਿਸਾਨ ਪਰਪਕਾਰ ਭੁੱਲ ਜਾਂਦੇ ਆ। ਧੰਨ ਗੁਰੂ ਰਾਮਦਾਸ, ਅੱਖਾਂ ਚੋਂ ਝੜੀ ਲੱਗ ਜਾਂਦੀ ਸੀ ਜਦੋਂ ਚੇਤੇ ਆਉਂਦੇ ਸੀ, ਪਰਪਕਾਰ ਝੜੀ ਲੱਗ ਜਾਂਦੀ ਸੀ, ਰੋਣੀ ਰੋਣ ਨਿਕਲਦੇ ਆ ਜਦੋਂ ਗੁਰੂ ਚੇਤੇ ਆਉਂਦੇ ਆ ਵੀ ਮੇਰੇ ਤੇ ਐਡੇ ਐਡੇ ਪਰਪਕਾਰ, ਮੇਰੇ ਤੇ ਇੰਨੀਆਂ ਕਿਰਪਾ, ਮੈਨੂੰ ਨਿਮਾਣੇ ਨੂੰ ਇੰਨਾ ਮਾਣ, ਮੈਨੂੰ ਨਥਾਵੇ ਨੂੰ ਥਾਂ। ਝੜੀਆਂ ਲੱਗ ਜਾਂਦੀਆਂ ਸੀ ਝੜੀਆਂ ਕਿ ਮੈਂ ਤੇਰਾ ਐਡਾ ਕਰਜ਼ਾਈਆਂ ਦਾ ਦਿਆ ਕਿੱਥੇ ਕਰਜ਼ ਭਾਰ ਲਵਾਂ, ਕਿੱਥੇ ਭਾਰ ਲਵਾਂ। ਕਿੱਡਾ ਪਿਆਰਾ ਲਿਖਿਆ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਕੋਈ ਗੁਰੂ ਰਾਮਦਾਸ ਦਾ ਸ਼ਬਦ ਲੈ ਲਓ, ਉਧਰੋਂ ਬਾਣੀ ਉਚਰਦੇ ਸੀ, ਉਧਰੋਂ ਰੁਮਾਲ ਭਰ ਜਾਂਦਾ ਸੀ, ਆਂਸੂਆਂ ਨਾਲ ਰੁਮਾਲ ਭਰ ਜਾਂਦਾ ਸੀ, ਤੇ ਜਿਹੜੇ ਵਿਰਾਗਮਈ ਗੁਰਸਿੱਖ ਨਾਲ ਸੀ ਨਾ ਉਹ ਰੁਮਾਲ ਨਿਚੋੜਦੇ ਸੀ, ਬਦਲਦੇ ਸੀ, ਨਦੀਆਂ ਹੀ ਵਹਿ ਤੁਰਦੀਆਂ ਸੀ। ਬੜੇ ਮੁੜ ਤੁਰੇ